ਮੈਨੂੰ ਨਾ ਇੱਕ ਹੁਣੀ ਫੋਟੋ ਭੇਜੀ ਸੀਗੀ ਕਿਸੇ ਨੇ, ਅਤੇ ਉਹ ਮੈਨੂੰ ਸਾਰੇ ਵਧਾਈਆਂ ਵਿਸ਼ਸ ਕਰੀ ਜਾਂਦੇ ਨੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਵੀਰੇ, ਅਤੇ ਕਿਉਂਕਿ ਇਟ ਵਾਜ਼ ਅ ਪਾਰਟ ਆਫ ਅ ਵੀਡੀਓ ਸ਼ੂਟ, ਸਾਰਾ ਕੁਛ ਜਿਹੜੀ ਪੋਸਟਾਂ ਕਰ ਰਹੇ ਨੇ ਇਹਨਾਂ ਦੇ ਕਿਸੇ 'ਤੇ ਯਕੀਨ ਨਾ ਕਰੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਸਿੱਧੂ ਮੂਸੇਵਾਲਾ ਜੋ ਚਰਚਾ ਦੇ ਵਿੱਚ ਰਹਿੰਦਾ ਹੈ, ਕਦੀ ਆਪਣੇ ਗਾਣਿਆਂ ਨੂੰ ਲੈ ਕੇ ਤੇ ਕਦੀ ਕਿਸੇ ਕੰਟਰੋਵਰਸੀ ਨੂੰ ਲੈ ਕੇ। ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਸਿੱਧੂ ਮੂਸੇਵਾਲੇ ਦੀ ਇੱਕ ਫੋਟੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿੱਧੂ ਮੂਸੇਵਾਲੇ ਦਾ ਰੋਕਾ ਹੋ ਰਿਹਾ ਹੈ ਔਰ ਕਿਹਾ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਚੁੱਪ ਚੁੱਪੀ ਤੇ ਵਿਆਹ ਕਰਵਾ ਰਿਹਾ। ਪਰ ਹੁਣ ਸਿੱਧੂ ਮੂਸੇਵਾਲੇ ਨੇ ਇਸ ਤੇ ਚੁੱਪੀ ਤੋੜੀ ਹੈ। ਸਿੱਧੂ ਮੂਸੇਵਾਲੇ ਨੇ ਲਾਈਵ ਆ ਕੇ ਇਸ ਦਾ ਅਸਲ ਸੱਚ ਦੱਸਿਆ। ਹਾਂਜੀ ਹਾਂਜੀ, ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਮੈਨੂੰ ਨਾ ਇੱਕ ਹੁਣੀ ਫੋਟੋ ਭੇਜੀ ਸੀਗੀ ਕਿਸੇ ਨੇ, ਅਤੇ ਉਹ ਮੈਨੂੰ ਸਾਰੇ ਵਧਾਈਆਂ ਵਿਸ਼ਸ ਕਰੀ ਜਾਂਦੇ ਨੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਵੀਰੇ, ਅਤੇ ਕਿਉਂਕਿ ਇਟ ਵਾਜ਼ ਅ ਪਾਰਟ ਆਫ ਅ ਵੀਡੀਓ ਸ਼ੂਟ, ਅਤੇ ਉਹ ਗਾਣਾ ਵੀ ਛੇਤੀ ਰਿਲੀਜ਼ ਹੋ ਰਿਹਾ, ਅਤੇ ਤੁਹਾਡੇ ਸਾਹਮਣੇ ਛੇਤੀ ਹੋਈ ਕਰਾਂਗੇ, ਅਤੇ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਪਤਾ ਨਹੀਂ ਕੌਣ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਹੁਣੀ ਇੰਨੇ ਜ਼ਿਆਦਾ ਫੋਨ ਆ ਰਹੇ ਨੇ ਅਤੇ ਮੈਸੇਜ ਆ ਰਹੇ ਨੇ ਵੀ ਇੱਦਾਂ ਦਾ ਕਰਕੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਅਤੇ ਇੱਕ ਸਾਡੀ ਵੀਡੀਓ ਦਾ ਹਿੱਸਾ, ਅਤੇ ਬਹੁਤ ਵਧੀਆ ਪਾਰਟ ਆ, ਤੁਹਾਨੂੰ ਦਿਖਾਵਾਂਗੇ ਵੀ, ਅਤੇ ਪਰ ਇਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਅਤੇ ਸਾਰਾ ਕੁਛ ਜਿਹੜੀ ਪੋਸਟਾਂ ਕਰ ਰਹੇ ਨੇ ਇਹਨਾਂ ਦੇ ਕਿਸੇ 'ਤੇ ਯਕੀਨ ਨਾ ਕਰੋ, ਅਤੇ ਜਦੋਂ ਵੀ ਕੁਛ ਇੱਦਾਂ ਦਾ ਹੋਇਆ ਤਾਂ ਤੁਹਾਨੂੰ ਪਤਾ ਆਪਾਂ ਗੱਜ ਵੱਜ ਕੇ ਕਰਨ ਵਾਲੇ ਬੰਦੇ ਹਾਂ, ਅਤੇ ਗੱਜ ਵੱਜ ਕੇ ਕਰਾਂਗੇ, ਤੁਹਾਨੂੰ ਸਾਰਿਆਂ ਨੂੰ ਦੱਸ ਕੇ ਕਰਾਂਗੇ, ਅਤੇ ਬਾਕੀ ਸਾਰੇ ਜਣੇ ਆਪਣਾ ਖਿਆਲ ਰੱਖਿਓ ਜੀ, ਸਤਿ ਸ਼੍ਰੀ ਅਕਾਲ। ਸਿੱਧੂ ਮੂਸੇਵਾਲੇ ਦਾ ਕਹਿਣਾ ਹੈ ਕਿ ਇਹ ਜਿਹੜੀ ਫੋਟੋ ਹੈ ਉਸਦੇ ਆਉਣ ਵਾਲੇ ਨਵੇਂ ਗਾਣੇ ਦੇ ਸ਼ੂਟ ਦੀ ਹੈ। ਉਸਨੇ ਕਿਹਾ ਕਿ ਪਤਾ ਨਹੀਂ ਕੌਣ ਇਸ ਫੋਟੋ ਨੂੰ ਵਾਇਰਲ ਕਰ ਰਿਹਾ, ਪਰ ਇਦਾਂ ਦਾ ਕੁਝ ਨਹੀਂ ਹੈ, ਨਾ ਹੀ ਮੈਂ ਹਾਲੇ ਵਿਆਹ ਕਰਾ ਰਿਹਾ, ਜਦੋਂ ਕਰਾਊਂਗਾ ਸਭ ਨੂੰ ਦੱਸ ਕੇ ਕਰਾਊਂਗਾ। ਔਰ ਇਹ ਸਿਰਫ ਇੱਕ ਵੀਡੀਓ ਸ਼ੂਟ ਦੀ ਹੈ ਜੋ ਬਹੁਤ ਜਲਦ ਗਾਣਾ ਤੁਹਾਡੇ ਸਾਹਮਣੇ ਹੋਏਗਾ।